2024 ਦੀਆਂ ਲੋਕ ਸਭਾ ਚੋਣਾਂ ਦੇ ਲਈ ਪੰਜਾਬ ਕਾਂਗਰਸ ਤੋਂ ਸਥਿਤੀ ਨੂੰ ਸਪਸ਼ਟ ਕਰ ਦਿੱਤਾ ਗਿਆ ਹੈ। ਆਖਰ ਕਿੰਨੀਆਂ ਸੀਟਾਂ ਦੇ ਉੱਪਰ ਪੰਜਾਬ ਕਾਂਗਰਸ ਲੜਨ ਜਾ ਰਹੀ ਹੈ, ਚੋਣ ਲੜਨ ਜਾ ਰਹੀ ਹੈ, ਕਿਸ ਦੇ ਵੱਲੋਂ ਸਾਫ਼ ਕੀਤਾ ਗਿਆ, ਸੰਕੇਤ ਦਿੱਤਾ ਗਿਆ, ਗੱਲਬਾਤ ਉਸ ਦੇ ਉੱਪਰ ਕਰਾਂਗੇ। ਨਾਲ ਹੀ ਨਾਲ ਗੱਲਬਾਤ ਕਰਾਂਗੇ ਉਸ ਮੁਆਵਜ਼ੇ ਦੀ, ਜਿਹੜਾ ਮੁਆਵਜ਼ਾ ਪੰਜਾਬ ਸਰਕਾਰ ਦੇ ਵੱਲੋਂ ਕੱਲ੍ਹ ਕਿਸਾਨਾਂ ਦੇ ਲਈ ਜਾਰੀ ਕਰ ਦਿੱਤਾ ਗਿਆ ਹੈ। ਕੀ ਇਹ ਮੁਆਵਜ਼ੇ ਦੀ ਰਾਸ਼ੀ ਕਿਸਾਨਾਂ ਦੇ ਨੁਕਸਾਨ ਦੀ ਪੂਰਤੀ ਕਰ ਪਾਏਗੀ? ਅਤੇ ਨਾਲ ਹੀ ਨਾਲ ਉਸ ਵੱਡੇ ਬਿਆਨ ਦੀ, ਜਿਹੜਾ ਬਿਆਨ ਕੱਲ੍ਹ ਆਮ ਆਦਮੀ ਪਾਰਟੀ ਦੇ ਵੱਲੋਂ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਲੈ ਕੇ ਆਇਆ, ਆਖਰ ਕਿਸ ਤਰ੍ਹਾਂ ਦਾ ਬਿਆਨ ਕਿਸਾਨਾਂ ਦੇ ਪ੍ਰਦਰਸ਼ਨ ਦੇ ਸੰਬੰਧ ਦੇ ਵਿੱਚ ਆਮ ਆਦਮੀ ਪਾਰਟੀ ਦਾ ਆਇਆ, ਉਸ ਬਿਆਨ ਉੱਪਰ ਵੀ ਗੱਲਬਾਤ ਕਰਾਂਗੇ। ਅਤੇ ਨਾਲ ਹੀ ਨਾਲ ਗੱਲਬਾਤ ਕਰਾਂਗੇ ਉਹਨਾਂ ਵੱਡੀਆਂ ਸੌਗਾਤਾਂ ਦੀ, ਜਿਹੜੀ 2024 ਦੇ ਇਲੈਕਸ਼ਨਾਂ ਦੇ ਮੱਦੇਨਜ਼ਰ ਸਰਕਾਰ ਲੋਕਾਂ ਨੂੰ ਦੇਣ ਜਾ ਰਹੀ ਹੈ। ਆਖਰ ਪਟਾਰੇ ਦੇ ਵਿੱਚੋਂ ਨਿਕਲਣ ਵਾਲਾ ਕੀ ਹੈ, ਆਉਣ ਵਾਲੇ ਦਿਨਾਂ ਦੇ ਵਿੱਚ ਕਿੰਨਾ ਮਾਮਲਿਆਂ ਦੇ ਵਿੱਚ ਲੋਕਾਂ ਨੂੰ ਸੌਗਾਤਾਂ ਮਿਲਦੀਆਂ ਨਜ਼ਰ ਆਉਣਗੀਆਂ, ਕਿਹੜੇ ਵੱਡੇ ਐਲਾਨ ਸਰਕਾਰ ਕਰ ਸਕਦੀ ਹੈ, ਗੱਲਬਾਤ ਉਹਨਾਂ ਐਲਾਨਾਂ ਦੇ ਉੱਪਰ ਵੀ ਕਰਾਂਗੇ। ਸਤਿ ਸ਼੍ਰੀ ਅਕਾਲ, ਮੈਂ ਲਖਵਿੰਦਰ ਸਿੰਘ ਮਾਨ ਅਤੇ ਤੁਸੀਂ ਦੇਖ ਰਹੇ ਹੋ ਖਬਰ ਸਵੇਰ। ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਜੀ। ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ ਅਣਖੀ ਜੀ, ਸਵਾਗਤ ਹੈ ਪ੍ਰੋਗਰਾਮ 'ਚ। ਬਹੁਤ ਬਹੁਤ ਸ਼ੁਕਰੀਆ ਮਾਨ ਸਾਹਿਬ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅਣਖੀ ਜੀ, 2024 ਦੀਆਂ ਚੋਣਾਂ ਜਿਉਂ ਜਿਉਂ ਨੇੜੇ ਆ ਰਹੀਆਂ ਨੇ, ਸਥਿਤੀਆਂ ਕੁਛ ਨਾ ਕੁਛ ਸਾਫ਼ ਹੁੰਦੀਆਂ ਨਜ਼ਰ ਆ ਰਹੀਆਂ ਨੇ। ਗੱਲ ਗੱਠਜੋੜ ਦੀ ਕਰੀਏ, ਨਵੇਂ ਬਣੇ ਵਿਰੋਧੀ ਦਲਾਂ ਦੇ ਇੰਡੀਅਨ ਅਲਾਇੰਸ ਦੀ ਕਰੀਏ, ਗੱਠਜੋੜ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਕਰੀਏ, ਜਿਸ ਨੂੰ ਲੈ ਕੇ ਲਗਾਤਾਰ ਬਿਆਨਬਾਜ਼ੀਆਂ ਹੋ ਰਹੀਆਂ ਨੇ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਕੀ ਰਲ ਕੇ ਇਲੈਕਸ਼ਨ ਲੜੇਗੀ, ਜਿਸ ਦੇ ਉੱਪਰੋਂ ਕੱਲ੍ਹ ਪੱਤੇ ਖੋਲ੍ਹੇ ਗਏ ਨੇ LOP ਲੀਡਰ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ। ਸੋ ਉਹਨਾਂ ਨੇ ਕਲੀਅਰ ਕੀਤਾ ਕਿ ਆਖਰ ਪੰਜਾਬ ਕਾਂਗਰਸ ਪੰਜਾਬ ਦੀਆਂ ਕਿੰਨੀਆਂ ਸੀਟਾਂ ਦੇ ਉੱਪਰ ਚੋਣਾਂ ਲੜਨ ਜਾ ਰਹੀ ਹੈ, ਕੀ ਬਿਆਨ ਸੀ ਅਤੇ ਇਹਨੇ ਬਿਆਨ ਦੇ ਮਾਇਨੇ ਕੀ ਸਮਝੀਏ? ਮਾਨ ਸਾਹਿਬ, ਜਦੋਂ ਦਾ ਲੋਕ ਸਭਾ ਚੋਣਾਂ ਨੇੜੇ ਨੇੜੇ ਆ ਰਹੀਆਂ ਨੇ ਅਤੇ ਜਦੋਂ ਦਾ NDA ਮਾਫ ਕਰਦਾ ਇੰਡੀਆ ਗੱਠਜੋੜ ਬਣਿਆ, ਉਦੋਂ ਤੋਂ ਲੈ ਕੇ ਹੁਣ ਤੱਕ ਬਹੁਤ ਕੁਝ ਅਜਿਹੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਜਿਨ੍ਹਾਂ ਬਾਰੇ LOP ਲੀਡਰ ਜਿਹੜੇ ਨੇ ਸਰਦਾਰ ਪ੍ਰਤਾਪ ਸਿੰਘ ਬਾਜਵਾ, ਉਹਨਾਂ ਦੇ ਵਿਚਾਰ ਕੁਝ ਹੋਰ ਨੇ, ਸੈਂਟਰ ਦੇ ਜਿਹੜੀ ਹਾਈਕਮਾਨ ਆ ਉਹਨਾਂ ਦੇ ਵਿਚਾਰ ਕੁਝ ਹੋਰ ਨੇ। ਭਾਵ ਅਜੇ ਤੱਕ ਲੋਕ ਸਭਾ ਦੀਆਂ ਚੋਣਾਂ ਦੇ ਸੰਬੰਧੀ ਜਿਹੜੀ ਅਸਲ ਰਣਨੀਤੀ ਕੀ ਹੋਵੇਗੀ ਕਿਸੇ ਵੀ ਜ਼ਿੰਮੇਵਾਰ ਅਧਿਕਾਰੀ ਵੱਲੋਂ, ਕਿਸੇ ਵੀ ਜ਼ਿੰਮੇਵਾਰ ਨੇਤਾ ਵੱਲੋਂ, ਜ਼ਿੰਮੇਵਾਰ ਮੈਂ ਤਾਂ ਕਹਿ ਰਿਹਾ ਕਿ ਕਾਂਗਰਸ ਹਾਈਕਮਾਨ ਜਾਂ ਇੰਡੀਆ ਜਿਹੜਾ ਗੱਠਜੋੜ ਨਾਮ ਦਾ ਬਣਿਆ, ਉਹਦੇ ਕਿਸੇ ਵੀ ਬੁਲਾਰੇ ਨੇ ਅਜੇ ਤੱਕ ਇਹਦੇ ਸੰਬੰਧੀ ਕੋਈ ਵੀ ਅਜਿਹੀ ਚਰਚਾ ਨਹੀਂ ਕੀਤੀ ਕਿ ਹਾਂ ਭਈ ਲੋਕ ਸਭਾ 2024 ਦੀਆਂ ਚੋਣਾਂ ਦੀ ਜਿਹੜੀ ਤਸਵੀਰ ਆ ਉਹ ਇੰਡੀਆ ਗੱਠਜੋੜ ਕਿਵੇਂ ਲੜੇਗਾ। ਮੈਂ ਇਸ ਕਰਕੇ ਗੱਲ ਕੀਤੀ। ਬਾਕੀ ਹੁਣ ਗੱਲ ਕਰੀ ਸਰਦਾਰ ਪ੍ਰਤਾਪ ਸਿੰਘ ਬਾਜਵਾ ਦੀ। ਸਰਦਾਰ ਪ੍ਰਤਾਪ ਸਿੰਘ ਬਾਜਵਾ ਪੰਜਾਬ ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਨੇ, ਪੰਜਾਬ ਦੇ ਵਿੱਚ ਉਹ ਆਪਣੇ ਆਪ ਨੂੰ ਸਭ ਤੋਂ ਸੀਨੀਅਰ ਕਾਂਗਰਸੀ ਮੰਨਦੇ ਨੇ ਅਤੇ ਹੈ ਵੀ ਹਨ। ਇਸ ਵੇਲੇ ਸ਼ਾਇਦ ਉਹਨਾਂ ਜਿੰਨਾ ਸੀਨੋਰਟੀ ਦੇ ਪੱਖ ਤੋਂ ਹੋਰ ਕੋਈ ਦੂਜਾ ਲੀਡਰ ਹੈ ਨਹੀਂ, ਚਰਨਜੀਤ ਸਿੰਘ ਚੰਨੀ ਜ਼ਰੂਰ ਨੇ। ਹੁਣ ਪ੍ਰਤਾਪ ਸਿੰਘ ਬਾਜਵਾ ਹੋਣਾ ਦਾ ਇਹ ਬਿਆਨ ਅੱਜ ਹੀ ਨਹੀਂ ਆਇਆ, ਬਲਕਿ ਅੱਜ ਤੋਂ ਕੁਝ ਸਮਾਂ ਪਹਿਲਾਂ ਜਦੋਂ ਦਿੱਲੀ ਆਰਡੀਨੈਂਸ ਦੇ ਸੰਬੰਧ ਦੇ ਵਿੱਚ ਆਮ ਆਦਮੀ ਪਾਰਟੀ ਸਾਰੀਆਂ ਪਾਰਟੀਆਂ ਨੂੰ ਮਿਲ ਰਹੀ ਸੀ ਅਤੇ ਈਵਨ ਕਿ ਉਹਨਾਂ ਨੇ ਕਾਂਗਰਸ ਨੂੰ ਵੀ ਜਾ ਕੇ ਮਿਲੇ, ਤਾਂ ਉਦੋਂ ਵੀ ਪ੍ਰਤਾਪ ਸਿੰਘ ਬਾਜਵਾ ਨੇ ਔਰ ਖਾਸ ਤੌਰ 'ਤੇ ਪੰਜਾਬ ਕਾਂਗਰਸ ਜਿਹੜੀ ਸੀ ਇਹਨਾਂ ਨੇ ਬੜਾ ਰੌਲਾ ਪਾਇਆ। ਉਹ ਕਾਂਗਰਸ ਹਾਈਕਮਾਂਡ ਨੂੰ ਜਾ ਕੇ ਕਿਹਾ ਕਿ ਤੁਹਾਨੂੰ ਉਸ ਦਿੱਲੀ ਆਰਡੀਨੈਂਸ 'ਤੇ ਜਿਹੜਾ ਆ ਵਿਰੋਧ ਵਿੱਚ ਨਹੀਂ ਜਾਣਾ ਚਾਹੀਦਾ, ਪਰ ਉਸਦਾ ਸਾਥ ਅਰਵਿੰਦ ਕੇਜਰੀਵਾਲ ਅਰਵਿੰਦ ਕੇਜਰੀਵਾਲ ਦਾ ਸਾਥ ਨਹੀਂ ਦੇਣਾ ਚਾਹੀਦਾ, ਬਹੁਤ ਕੁਝ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਕਿਹਾ। ਔਰ ਬਾਹਰ ਆਣ ਕੇ ਵੀ ਉਹਨਾਂ ਨੇ ਇਹ ਗੱਲਾਂ ਕਹੀਆਂ ਕਿ ਅਸੀਂ ਆਪਣੀ ਹਾਈਕਮਾਂਡ ਨੂੰ ਸਾਫ਼ ਤੌਰ 'ਤੇ ਇਹ ਕਹਿ ਹਾਂ ਕਿ ਹਾਂ ਭਈ ਜੋ ਬਿੱਲ ਪੇਸ਼ ਕਰ ਰਹੀ ਹੈ ਕੇਂਦਰ ਸਰਕਾਰ, ਇਸ ਦੇ ਵਿੱਚ ਇਸ ਦੇ ਉਲਟ ਤੁਸੀਂ ਕਿਸੇ ਵੀ ਕਿਸਮ ਦੀ ਕੋਈ ਗੱਲ ਜਿਹੜੀ ਆ ਉਹ ਨਹੀਂ ਕਰਨੀ, ਭਾਵ ਉਸ 'ਤੇ ਆਮ ਆਦਮੀ ਪਾਰਟੀ ਦੇ ਸਮਰਥਨ ਵਿੱਚ ਤੁਸੀਂ ਨਹੀਂ ਖਲੋਵਾਂ। ਪ੍ਰਤਾਪ ਸਿੰਘ ਬਾਜਵਾ ਨੇ ਉਦੋਂ ਹੀ ਬੜੇ ਵੱਡੇ ਵੱਡੇ ਦਾਅਵੇ ਕੀਤੇ, ਪਰ ਮੈਨੂੰ ਯਾਦ ਆ ਕਿ ਨਵਜੋਤ ਸਿੰਘ ਸਿੱਧੂ ਨੇ ਇੰਨੀ ਗੱਲ ਕਹੀ ਸੀ ਕਿ ਸੰਵਿਧਾਨ ਨੂੰ ਬਚਾਉਣ ਵਾਸਤੇ ਪਾਰਟੀ ਲੀਹਾਂ ਤੋਂ ਉੱਤੇ ਉੱਠ ਕੇ ਸਾਨੂੰ ਫੈਸਲਾ ਜਿਹੜਾ ਕਰ ਲੈਣਾ ਚਾਹੀਦਾ, ਪਰ ਪ੍ਰਤਾਪ ਸਿੰਘ ਬਾਜਵਾ ਨੇ ਬੜੇ ਜਿਸ ਤਰ੍ਹਾਂ ਉਹਨਾਂ ਦਾ ਅੰਦਾਜ਼ ਆ ਬੜੇ ਨਪੇਤਲੇ ਸ਼ਬਦਾਂ 'ਚ ਉਹਨਾਂ ਨੇ ਇਹ ਗੱਲ ਕਹੀ, ਅਸੀਂ ਕਾਂਗਰਸ ਹਾਈਕਮਾਂ ਨੂੰ ਆਪਣੀ ਨਾਰਾਜ਼ਗੀ ਦੱਸ ਦਿੱਤੀ ਆ, ਕਿਸੇ ਵੀ ਸੂਰਤ ਵਿੱਚ ਨਹੀਂ ਹੋਇਆ। ਪਰ ਫਿਰ ਮਗਰੋਂ ਕੀ ਹੋਇਆ ਇਹ ਸਾਰੇ ਲੋਕ ਜਾਣਦੇ ਆ, ਕਾਂਗਰਸ ਨੇ ਫਿਰ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ। ਉਹ ਵੱਖਰੀ ਗੱਲ ਆ ਕਿ ਉਹ ਦਿੱਲੀ ਆਰਡੀਨੈਂਸ ਬਿੱਲ ਪਾਸ ਹੋ ਗਿਆ,
ਰਾਜ ਸਭਾ 'ਚ ਡਿੱਗਾ ਨਹੀਂ ਪਰ ਉਹ ਬਿੱਲ ਪਾਸ ਹੋ ਗਿਆ। ਪਰ ਕਾਂਗਰਸ ਪਾਰਟੀ ਨੇ ਫਿਰ ਆਮ ਆਦਮੀ ਪਾਰਟੀ ਦਾ ਉੱਥੇ ਸਾਥ ਦਿੱਤਾ। ਇਹ ਮੈਂ ਤਾਂ ਕਹਿ ਰਿਹਾ ਕਿ ਜਿਹੜੇ ਨੇਤਾ ਨੇ ਇਹਨਾਂ ਦੀਆਂ ਬੋਲਚਾਲ ਬੜੇ ਕੁਝ ਇਹੋ ਜਿਹੇ ਹੁੰਦੇ ਨੇ। ਹੁਣ ਪ੍ਰਤਾਪ ਸਿੰਘ ਬਾਜਵਾ ਦਾ ਇੱਕ ਤਾਜ਼ਾ ਬਿਆਨ ਆਉਂਦਾ ਜਿਹੜਾ ਕੱਲ੍ਹ ਉਹ ਚੰਡੀਗੜ੍ਹ 'ਚ ਇੱਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਦੇ ਰਹੇ ਸਨ। ਕਹਿੰਦੇ ਸੀ 13 ਦੀਆਂ 13 ਸੀਟਾਂ ਜਿਹੜੀਆਂ ਨੇ ਉਹ ਕਾਂਗਰਸ ਜਿਹੜੀ ਆ ਪੰਜਾਬ ਦੇ ਵਿੱਚ ਆਪਣੇ ਬਲਬੂਤੇ 'ਤੇ ਲੜੇਗੀ। ਬਹੁਤ ਚੰਗੀ ਗੱਲ। ਔਰ ਜੇ ਤੱਕ ਇਹ ਕਹਿੰਦਾ ਤੁਸੀਂ ਰਾਜਾ ਜੀ ਰਾਜਾ ਵੜਿੰਗ ਨੂੰ ਉਹਨਾਂ ਨੇ ਕਿਹਾ ਕਿ ਹਿੰਮਤ ਕਰਕੇ ਦੇਖੋ ਆਪਣੀ ਟੀਮ ਤਿਆਰ ਕਰੋ ਤਾਂ ਜੋ ਵੱਡੇ ਪੱਧਰ 'ਤੇ ਅਸੀਂ ਜਿੱਤ ਪ੍ਰਾਪਤ ਕਰੀਏ, 13 ਦੀਆਂ 13 ਸੀਟਾਂ ਅਸੀਂ ਜਿੱਤ ਲੈਣੀਆਂ ਨੇ। ਇਹ ਹਰ ਨੇਤਾ ਦਾ ਇੱਕ ਸਵੈ ਵਿਸ਼ਵਾਸ ਹੁੰਦਾ ਕਿ ਜਿਹਦੇ ਨਾਲ ਉਹਨਾਂ ਨੇ ਆਪਣੇ ਵਰਕਰਾਂ ਦੇ ਮਨੋਬਲ ਨੂੰ ਉੱਚਾ ਚੁੱਕਣਾ ਹੁੰਦਾ। ਅਜੇ ਉੱਪਰਲੇ ਪੱਧਰ 'ਤੇ ਗੱਠਜੋੜ ਜਿੱਥੇ ਹੋਇਆ ਉੱਥੇ ਕਿਸੇ ਵੀ ਪੱਧਰ 'ਤੇ ਅਜੇ ਤੱਕ ਕੋਈ ਸੀਟ ਸ਼ੇਅਰਿੰਗ ਦੀ ਗੱਲ ਨਾ ਕਿਤੇ ਚੱਲੀ ਹੈ, ਨਾ ਕੋਈ ਸਾਹਮਣੇ ਆਈ ਹੈ। ਇਹ ਸਿਰਫ ਤੇ ਸਿਰਫ ਇਹਨਾਂ ਨੇਤਾਵਾਂ ਦੀਆਂ ਕਿਆਸ ਅਰਾਈਆਂ ਨੇ। ਇਸ ਵੇਲੇ ਜੋ ਦੂਸਰੇ ਪਾਸੇ ਆਪਾਂ ਦੋ ਬਿਆਨ ਲੈ ਲਈਏ, ਇੱਕ ਸੰਦੀਪ ਦੀਕਸ਼ਿਤ ਦਾ ਤੇ ਦੂਜਾ ਅਲਕਾ ਲਾਂਬਾ ਦਾ, ਉਹਨਾਂ ਨੇ ਵੀ ਇਸ ਤਰ੍ਹਾਂ ਦੇ ਹੀ ਕੁਝ ਸੰਦਰਭ ਦੇ ਵਿੱਚ ਦਿੱਲੀ ਦੀ ਗੱਲ ਕੀਤੀ ਸੀ ਵੀ ਦਿੱਲੀ ਦੇ ਵਿੱਚ 7 ਦੀਆਂ 7 ਸੀਟਾਂ ਦੇ ਉੱਪਰ ਗੱਲ ਕੀਤੀ ਸੀ ਵੀ ਅਸੀਂ ਤਕੜੇ ਹੋ ਕੇ ਚੋਣ ਲੜਾਂਗੇ, ਲੇਕਿਨ ਦੂਏ ਦਿਨ ਹੀ ਯੂਟਰਨ ਆ ਗਿਆ ਸੀ। ਉਹਨਾਂ ਨੇ ਇਹ ਗੱਲ ਕਹਿਤੀ ਸੀ ਵੀ ਹਾਈ ਕਮਾਨ ਨੇ ਸਾਨੂੰ ਤਕੜਾ ਹੋ ਕੇ ਤਿਆਰੀ ਕਰਨ ਦੀ ਗੱਲ ਕਹੀ ਹੈ, ਅਸੀਂ ਇਸ ਗੱਲ ਦੇ ਉੱਪਰ ਨਹੀਂ ਕਹਿ ਰਹੇ ਵੀ 7 ਦੇ 7 ਸੀਟਾਂ ਦੇ ਉੱਪਰ ਲੜਾਂਗੇ। ਕੀ ਉੱਥੇ ਕੋਈ ਹਾਈ ਕਮਾਨ ਦਾ ਇਸ਼ਾਰਾ ਉਹਨਾਂ ਲੀਡਰਾਂ ਨੂੰ ਗਿਆ ਸੀ ਅਤੇ ਕੀ ਇਹ ਇਸ਼ਾਰਾ ਵੀ ਕੋਈ ਹਾਈ ਕਮਾਨ ਦਾ, ਕਿਉਂਕਿ ਜਿਵੇਂ ਤੁਸੀਂ ਵੀ ਦੱਸਿਆ ਹੋਣਾ ਵੀ ਇਹ ਪਹਿਲੀ ਵਾਰ ਨਹੀਂ, ਇਹ ਜਦੋਂ ਤੋਂ ਇਲੈਕਸ਼ਨਾਂ ਦੀ ਹੁਣ ਗੱਲ ਚੱਲੀ ਹੈ ਵੀ ਇਲੈਕਸ਼ਨਾਂ 2024 ਦੇ ਨੇੜੇ ਨੇ, LOP ਲੀਡਰ ਦਾ ਕਈ ਵਾਰ ਇਹ ਬਿਆਨ ਆ ਚੁੱਕਿਆ, ਕੀ ਇਹ ਇਸ਼ਾਰਾ ਹਾਈ ਕਮਾਨ ਦਾ ਜਾਂ ਫਿਰ ਗੱਲ ਕੁਛ ਹੋਰ ਹੈ? ਦੇਖੋ, ਇਸ਼ਾਰਾ ਹਾਈ ਕਮਾਨ ਦਾ ਹੈ ਜਾਂ ਨਹੀਂ ਹੈ, ਗੱਲ ਇਹ ਨਹੀਂ ਕਿ ਪ੍ਰਤਾਪ ਸਿੰਘ ਬਾਜਵਾ ਹੋਣਾ ਨੇ ਪੰਜਾਬ ਵਿੱਚ ਜਿਹੜੀ ਕਾਂਗਰਸ ਦਾ ਉਸ ਦੀ ਵਿਰੋਧੀ ਧਿਰ ਦੇ ਨੇਤਾ ਨੇ, ਔਰ ਵਿਰੋਧੀ ਧਿਰ ਦੇ ਨੇਤਾ ਹੋਣ ਦੇ ਕਾਰਨ ਉਹਨਾਂ ਦੀ ਇਹ ਅਹਿਮ ਭੂਮਿਕਾ ਬਣਦੀ ਹੈ ਕਿ ਉਹ ਆਪਣੀ ਪਾਰਟੀ ਦੇ ਮਨੋਬਲ ਨੂੰ ਉਹਨਾਂ ਚਿਰ ਤੱਕ ਪੂਰਨ ਤੌਰ 'ਤੇ ਉੱਚਾ ਬਹਾਲ ਰੱਖਣਾ ਆ ਜਿੰਨਾ ਚਿਰ ਤੱਕ ਕਾਂਗਰਸ ਹਾਈ ਕਮਾਨ ਉਹਨਾਂ ਨੂੰ ਉੱਪਰ ਕੋਈ ਇਸ਼ਾਰਾ ਨਹੀਂ ਕਰਦੀ। ਮੈਂ ਗੱਲ ਤੁਸੀਂ ਮੇਰੀ ਵਿਚਕਾਰੋਂ ਕੱਟੀ ਸੀ, ਮੈਂ ਇਹ ਗੱਲ ਕਹਿ ਰਿਹਾ ਸਾਂ ਕਿ ਅਜੇ ਤੱਕ ਸੀਟ ਸ਼ੇਅਰਿੰਗ ਦੇ ਮੁੱਦੇ 'ਤੇ ਇਸ ਗੱਠਜੋੜ ਦੇ ਵਿੱਚ ਕੋਈ ਫੈਸਲਾ ਨਹੀਂ ਹੋਇਆ, ਕਿਹੜੀ ਪਾਰਟੀ ਕਿੱਥੋਂ ਚੋਣ ਲੜੇਗੀ, ਨਹੀਂ ਲੜੇਗੀ, ਉਹ ਹੋਏਗਾ, ਕੋਈ ਫੈਸਲਾ ਅਜੇ ਤੱਕ ਨਹੀਂ ਹੋਇਆ। ਇਹ ਜੋ ਬਿਆਨ ਜਿਹੜੇ ਦਿੱਤੇ ਜਾ ਰਹੇ ਨੇ ਮਹਿਜ਼ ਆਪੋ ਆਪਣੀ ਅਸਤਿਤਵ ਨੂੰ ਜਾਂ ਆਪੋ ਆਪਣੀ ਇਕਾਈ ਨੂੰ ਬਰਕਰਾਰ ਰੱਖਣ ਵਾਸਤੇ ਔਰ ਵਰਕਰਾਂ ਦੇ ਵਿੱਚ ਇੱਕ ਜੋਸ਼ ਭਰਨ ਵਾਸਤੇ ਜਿਹੜਾ ਉਹ ਬਿਆਨ ਜਿਹੜੇ ਉਹ ਦਿੱਤੇ ਜਾ ਰਹੇ ਆ। ਬਾਕੀ ਮਾਨ ਸਾਹਿਬ, ਜੇਕਰ ਕਾਂਗਰਸ ਨੇ 13 ਦੀਆਂ 13 ਸੀਟਾਂ ਲੜਨੀਆਂ ਤਾਂ ਫਿਰ ਉਹ ਕੁਦਰਤੀ ਤੌਰ 'ਤੇ 13 ਹੀ ਲੜੇਗੀ, ਉਹ ਫਿਰ ਗੱਠਜੋੜ ਦੀ ਇਹ ਗੱਲਬਾਤ ਜਿਹੜੀ ਆ ਉਹ ਨਹੀਂ ਹੋਣੀ। ਅਤੇ ਜੇਕਰ ਗੱਠਜੋੜ ਹੋਣਾ, ਜੇਕਰ ਉੱਪਰ ਗੱਠਜੋੜ ਹੁੰਦਾ ਤਾਂ ਮਾਨ ਸਾਹਿਬ ਤੁਹਾਨੂੰ ਫਿਰ ਪਤਾ ਹੁੰਦਾ ਕਿ ਜਿਹੜੀ ਫਿਰ ਕਾਂਗਰਸ ਜਿਹੜੀ ਹਾਈਕਮਾਨ ਉਹ ਜੋ ਫੈਸਲਾ ਕਰਦੀ ਆ ਅਤੇ ਫਿਰ ਜਿਹੜੀਆਂ ਥੱਲੜੀਆਂ ਕਹੀਆਂ ਉਹ ਕਹਿੰਦੀਆਂ ਨੇ ਠੀਕ ਆ ਜੀ, ਦੇਸ਼ ਦੇ ਲੋਕਤੰਤਰ ਦੇ ਸਵਾਲ ਨੂੰ ਮੁੱਖ ਰੱਖਦਿਆਂ ਹੋਇਆਂ ਅਸੀਂ ਇਹ ਕੌੜਾ ਘੁੱਟ ਪੀਤਾ ਆ, ਕੋਈ ਨਹੀਂ ਅਸੀਂ ਰਲ ਕੇ ਲੜਾਂਗੇ। ਇਹੋ ਜਿਹੇ ਬਹੁਤ ਕੁਝ ਡਰਾਮੇ ਜਿਹੜੇ ਆ ਉਹ ਹੁੰਦੇ ਰਹੇ ਨੇ। ਬਾਕੀ ਮੈਂ ਜਿਹੜੀ ਗੱਲ ਅਣਕੀ ਸਰ, ਮੈਂ ਇਹ ਸਵਾਲ ਤਾਂ ਕੀਤਾ ਸੀ ਕਿਉਂਕਿ LOP ਲੀਡਰ ਸਾਹਿਬ ਕਾਫੀ ਟਾਈਮ ਤੋਂ ਬਿਆਨ ਦੇ ਰਹੇ ਨੇ, ਉਹਨਾਂ ਦੇ ਬਿਆਨ ਦੇ ਉੱਪਰ ਆਪਣੇ ਬਿਆਨ ਦੇ ਉੱਪਰ ਖੜੇ ਨੇ, ਲੇਕਿਨ ਜੇਕਰ ਗੱਲ ਦਿੱਲੀ ਦੀ ਕਰਦੇ ਹਾਂ, ਅਲਕਾ ਲਾਂਬਾ ਜੀ ਦੀ ਗੱਲ ਕਰਦੇ ਹਾਂ, ਸੰਦੀਪ ਦੀਕਸ਼ਿਤ ਜੀ ਦੀ ਗੱਲ ਕਰਦੇ ਹਾਂ, ਉਹਨਾਂ ਨੇ ਬਿਆਨ ਦੇਣ ਤੋਂ ਦੂਸਰੇ ਦਿਨ ਹੀ ਯੂਟਰਨ ਸੀ, ਮਤਲਬ ਕਿ ਭੱਜਦੇ ਨਜ਼ਰ ਆਏ ਸੀ। ਜਿੱਥੇ ਪਹਿਲਾਂ 7 ਸੀਟਾਂ ਦੀ ਗੱਲ ਕਰ ਰਹੇ ਸੀ ਉੱਥੇ ਕਿਹਾ ਸੀ ਵੀ ਅਸੀਂ 7 ਸੀਟਾਂ ਦੇ ਉੱਪਰ ਤਿਆਰੀ ਦੀ ਗੱਲ ਕਰ ਰਹੇ ਹਾਂ, ਬਿਆਨ ਬਦਲ ਗਏ ਸੀਗੇ ਦੂਸਰੇ ਦਿਨ ਹੀ। ਮੈਂ ਉਹ ਸੰਦਰਭ ਦੇ ਵਿੱਚ ਗੱਲ ਕਰ ਰਿਹਾ ਕਿ ਉਹਨਾਂ ਨੂੰ ਕੋਈ ਇਸ਼ਾਰਾ ਹਾਈਕਮਾਨ ਦੇ ਵੱਲੋਂ ਹੋਇਆ ਸੀ, ਕਿ ਇੱਧਰ ਇਸ਼ਾਰਾ ਕੋਈ ਹਾਈਕਮਾਨ ਦੇ ਵੱਲੋਂ ਨਹੀਂ ਹੋ ਰਿਹਾ, ਜਾਂ ਫਿਰ 13 ਸੀਟਾਂ ਵਾਲਾ ਇਸ਼ਾਰਾ ਹੀ ਹਾਈਕਮਾਨ ਦਾ ਚੈੱਕ ਕਰਨ ਦੇ ਲਈ ਕਿ ਆਮ ਆਦਮੀ ਪਾਰਟੀ ਦਾ ਰਿਐਕਸ਼ਨ ਕੀ ਆਉਂਦਾ ਪੰਜਾਬ ਦੇ ਵਿੱਚ? ਮਾਨ ਸਾਹਿਬ, ਦੇਖੋ, ਉਹ ਜਿਹੜੀ ਤੁਸੀਂ ਸਥਿਤੀ ਬਿਆਨ ਕਰ ਰਹੇ ਜੇ ਨਾ ਕਿ ਇਸ਼ਾਰੇ ਵਾਲੀ ਗੱਲ ਜਿਹੜੀ ਆ, ਇਸ਼ਾਰਾ ਅਜੇ ਤੱਕ ਤੁਸੀਂ ਇਸ ਨੂੰ ਇਸ਼ਾਰਾ ਸਮਝ ਲਓ, ਇਸ ਨੂੰ ਸਾਫ ਸੰਕੇਤ ਸਮਝ ਲਓ, ਇਸ ਨੂੰ ਫੈਸਲਾ ਸਮਝ ਲਓ, ਜੋ ਮਰਜ਼ੀ ਸਮਝ ਲਓ, ਇਹ ਪ੍ਰਤਾਪ ਸਿੰਘ ਬਾਜਵਾ ਦਾ ਇਹੋ ਹੀ ਬਿਆਨ ਆਉਣਾ ਆ। ਔਰ ਕਦੇ ਵੀ ਉਹਨਾਂ ਨੇ ਕਿਉਂਕਿ ਦਿੱਲੀ, ਇੱਕ ਗੱਲ ਮੈਂ ਤੁਹਾਨੂੰ ਦੱਸਦਾ, ਦਿੱਲੀ ਔਰ ਪੰਜਾਬ ਦੀ ਕਾਂਗਰਸ ਦੀ ਸਥਿਤੀ ਜਿਹੜੀ ਅਲੱਗ ਅਲੱਗ ਹੈਗੀ ਹੈ। ਆਮ ਆਦਮੀ ਪਾਰਟੀ ਨੇ ਦੀ ਸਰਕਾਰ ਨੇ ਇਸ ਵੇਲੇ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਕਾਂਗਰਸੀ ਨੇਤਾਵਾਂ ਦੇ ਖਿਲਾਫ ਭ੍ਰਿਸ਼ਟਾਚਾਰ ਨੂੰ ਲੈ ਕੇ ਇੱਕ ਮੁਹਿੰਮ ਜਿਹੜੀ ਵਿੱਢੀ ਆ, ਉਸ ਦੇ ਅੰਤਰਗਤ ਇਹ ਜ਼ਰੂਰੀ ਹੈ ਕਿ ਪ੍ਰਤਾਪ ਸਿੰਘ ਬਾਜਵਾ ਦੇ ਇਹੋ ਜਿਹੇ ਹੀ ਬਿਆਨ ਆਉਣਗੇ। ਔਰ ਕਦੇ ਵੀ ਇਹੋ ਜਿਹੇ ਬਿਆਨ ਨਹੀਂ ਆ ਸਕਦੇ ਕਿਉਂਕਿ ਦੂਸਰੇ ਪਾਸੇ ਵਿਰੋਧੀ ਧਿਰ ਫਿਰ ਖਾਸ ਤੌਰ 'ਤੇ ਭਾਜਪਾ ਉਹਨਾਂ ਨੂੰ ਟਾਰਗੇਟ ਕਰ ਰਹੀ ਹੈ। ਸੋ ਇਹ ਸਮੇਂ ਦੀ ਲੋੜ ਆ ਕਿ ਪ੍ਰਤਾਪ ਸਿੰਘ ਬਾਜਵਾ ਦੇ ਇਹੋ ਜਿਹੇ ਹੀ ਬਿਆਨ ਆਉਣੇ ਆ। ਇਹਦੇ ਵਿੱਚ ਕੇਂਦਰ ਦੇ ਅਜੇ ਉਹ ਕੋਈ ਵੀ ਇਸ਼ਾਰਾ ਜਾਂ ਸੰਕੇਤ ਮੈਨੂੰ ਦਿਖਾਈ ਨਹੀਂ ਦਿੰਦਾ ਕਿ ਹਾਂ ਉਹਨਾਂ ਨੇ ਆਪਣੇ ਪੱਧਰ 'ਤੇ ਅਜਿਹੇ ਬਿਆਨ ਦੇ ਦਿੱਤੇ ਹੋਣ, ਕਿਉਂਕਿ ਜੇਕਰ ਅਜਿਹੀਆਂ ਗੱਲਾਂ ਹੋਈਆਂ ਹੁੰਦੀਆਂ ਤਾਂ ਫਿਰ ਜਿਹੜਾ ਸਭ ਤੋਂ ਵੱਡੀ ਗੱਲ ਮਾਨ ਸਾਹਿਬ, ਦਿੱਲੀ ਆਰਡੀਨੈਂਸ 'ਤੇ
ਰੋਧ ਵਿੱਚ ਜਾ ਕੇ ਖਲੋਣਾ ਸੀ ਉਹ ਫਿਰ ਨਾ ਖਲੋਤਾ ਹੁੰਦਾ। ਮੈਂ ਗੱਲ ਹੀ ਇੱਥੋਂ ਸ਼ੁਰੂ ਕੀਤੀ ਸੀ ਕਿ ਪ੍ਰਤਾਪ ਸਿੰਘ ਬਾਜਵਾ ਸ਼ੁਰੂ ਤੋਂ ਹੀ ਇਹੋ ਜਿਹੇ ਬਿਆਨ ਜਿਹੜੇ ਉਹ ਦਿੰਦੇ ਰਹੇ ਨੇ, ਜਿਹੜੇ ਅੱਜ ਦੇ ਸੰਦਰਭ 'ਚ 13 ਲੋਕ ਸਭਾ ਸੀਟਾਂ ਦੇ ਜਿਹੜੇ ਬਿਆਨ ਉਹਨਾਂ ਨੇ ਗੱਲ ਕੀਤੀ ਆ। ਤੁਹਾਡਾ ਇਸ ਬਸ ਸਵਾਲ ਸੀ ਕਿ ਇਹ ਉੱਪਰੋਂ ਇਸ਼ਾਰਾ, ਜੋ ਵੀ ਮੈਨੂੰ ਲੱਗਦਾ ਹੈ ਇਹ ਉੱਪਰ ਦਾ ਇਸ਼ਾਰਾ ਨਹੀਂ ਆ, ਇਹ ਇੱਕ ਵਿਰੋਧੀ ਧਿਰ ਦੇ ਨੇਤਾ ਦੀ ਆਪਣੇ ਵਰਕਰਾਂ ਨੂੰ ਜ਼ਿੰਦਾ ਰੱਖਣ ਵਾਸਤੇ, ਉਹਨਾਂ ਦੇ ਮਨੋਬਲ ਨੂੰ ਉੱਚਾ ਰੱਖਣ ਵਾਸਤੇ ਦਿੱਤਾ ਗਿਆ ਇੱਕ ਮਹਿਜ਼ ਬਿਆਨ ਆ। ਕਿਉਂਕਿ ਅਜੇ ਤੱਕ ਮਾਨਸਾਹਿਬ ਕਿਸੇ ਵੀ ਪਾਰਟੀ ਨੇ ਇਹਦੇ ਸੰਬੰਧੀ ਕੋਈ ਵੀ ਪੱਤੇ ਜਿਹੜੇ ਆ ਉਹ ਨਹੀਂ ਖੋਲ੍ਹੇ। ਪ੍ਰਤਾਪ ਸਿੰਘ ਬਾਜਵਾ ਜ਼ਰੂਰ ਇਸ ਮੁੱਦੇ 'ਤੇ ਬੋਲਦੇ ਆ ਕਿ ਅਸੀਂ 13 ਦੀਆਂ 13 ਸੀਟਾਂ ਹੀ ਲੜਦੀਆਂ, ਕੱਲ੍ਹ ਨੂੰ ਕੀ ਹੋ ਜਾਵੇ ਉਹ ਆਉਣ ਵਾਲਾ ਸਮਾਂ ਦੱਸੇਗਾ। जी बिल्कुल, चलो आने वाले समय के क्लीयर हो जाएगा, लेकिन प्रताप सिंह बाजवा अपने बयान के उपर अज भी कायम ने। दूसरे पास गल किसान प्रदर्शन की करिए, हड़ा तो प्रभावित एक किसान मंगा लैके चंडीगढ़ जान लगे से, भावें नहीं पहुँच सके, बैरीगेटिंग की गई, चंडीगढ़ सील किया गया। लेकिन इस दरम्यान सरकार के वलों 186 करोड़ रुपया इन्हां किसानों मुआवजे के रूप में जारी कर दिया गया। लेकिन कि ये 186 करोड़ रुपया इन्हां किसानां दे नुकसान की पूर्ति कर पाएगा, सवाल यह भी है। तो दूसरा सवाल जो किसानां दे प्रदर्शन लैके आम आदमी पार्टी दे बुलारे दे वलों, मुख्य बुलारे दे वलों उस संदर्भ दे विच एक बयान आया है, वह बयान की है, किवें देख रहे हो इस मुआवजे नूं ते किवें देख रहे हो उस बयान नूं जिहड़ा किसानां दे प्रदर्शन नूं लैके आम आदमी पार्टी दे मुख्य बुलारे वलों दिता गया। देखो मान साहब, कल 22 तरीक सी और कल भी बैरीकेटिंग सारा कुछ चंडीगढ़ दी बरूहां ते रहा, पर किसानों नूं चंडीगढ़ दे विच एंटर जिहड़ा नहीं होण दित्ता गया। दो दिन किसानों दे और प्रशासन दे विचकार, चाहे हरियाणा पुलिस होवे चाहे चंडीगढ़ पुलिस होवे, टकराव जिहड़ा देखण नूं मिलिया। पर फिर भी एक गल ते जरूर असीं तसल्ली जिहड़ी प्रकट कर सकते हैं कि कोई ज़्यादा नुकसान जिहड़ा किसे भी सवाए नहीं होया, सवाए एक जिहड़ा व्यक्ति प्रीतम सिंह जिहड़ा किसान जिहड़े सन जिन्हां दी जान गई है, वह बहुत वड्डा नुकसान हैगा। बाकी ये सब के बावजूद सारा कुछ शांतिपूर्वक तरीके नाल जरूर निबड़ गया, इस गल ते तसल्ली जिहड़ी है जरूर प्रगटाई जा सकती है। तो वड्डी गल ये देखो कि जो किसान 2 या 3 गेड़ जिहड़े ने गलबात कर रहे सन सरकार दे नाल, मनमारी दल प्रोहत होना दे नाल, उस वक्त तक सरकार जिहड़ी है किसी भी पक्ष तो किसानों दीयां मंगां नूं मन्नण वास्ते नज़र नहीं सी आ रही। और किसानों ने समय समय से यह गल दसी कि असी अज भी मीटिंग की है, पर सरकार ने उन्हां दीयां मंगां नूं लैके कदे कोई गंभीरता जिहड़ी वह नहीं दिखाई। तो फिर उन्होंने जो 22 तरीक में चंडीगढ़ में धरना प्रदर्शन करन दा ऐलान किया, मोर्चा लाने का ऐलान किया, तो फिर सरकार जिहड़ी हरकत में आई। इस तो पहला कि किसान चंडीगढ़ पहुँचते रातों रात ही पंजाब के सारे जिले के जिहड़े किसान नेता सन उन्होंने डिटेन कर लिया गया, उन्होंने पुलिस ने काबू कर लिया। तो कल तक शाम तक पता लगा कि पंजाब सरकार की 186 करोड़ रुपया जिहड़ा हड़ पीड़ितों वास्ते जिहड़े प्रभावित किसान ने उन्होंने वास्ते वो जारी कर दिता जिले के 16 जिले के डिप्टी कमिश्नर, जो हुण वह राशि जिहड़ी आ वो जिहड़ी जारी कर देंगे किसानों को मुआवजे के रूप में। मान साहब पहला प्रश्न इतने पैदा यह हुंदा कि जेकर तुसी इन्ना कुछ करन तो बाद, माफ करदा, इन्ना कुछ होने तो बाद यह राशि जिहड़ी जारी की है, जेकर यह राशि अज तो यह कुछ ना हुंदा उस तो पहला ही यह जारी कर देंगे तो इस विच की फर्क पैंदा? घट तो घट किसान प्रीतम सिंह तो अपने बच्चों में अपने परिवार में बैठा हुंदा, पर शायद सरकारां नूं कदे भी यह गल पचदी नहीं। तो ठीक है, जे सरकार कोई भी आ जाए उन्हूं हमेशा लगता कि जनता जेकर सुती है तो सुती रह दो, हाँ जो जागूगी फिर देख लेंगे। तो फिर मान साहब तुसी देख लो कि जो फिर लोग जागते हैं तो फिर सरकार किस तरीके भजदी है और किस तरीके फिर काम होंगे ने, यह इन दो दिनों के वर्तारे वेख सकते जी। दो दिन पुलिस को पूरी पहुँचनी पई रही तो कल शाम पेंद्या पेंद्या तक 186 करोड़ रुपया सरकार वालों जारी कर दिता गया, पहली गल तो यह है। दूजे पासे मालविंदर सिंह जिहड़े कंग साहब ने उन्हां दा बयान आउंदा कहिंदा जी वेखो जी किसान जिहड़े ने इहो जिहे मौके ते उहनां नूं अजिहे मुश्किलां अजिहे धरने प्रदर्शन करके आम लोगों वास्ते मुश्किलां जिहड़ियां उह पैदा नहीं करदियां चाहीदियां। हुण प्रश्न बड़ा है, टेढ़ा जिहा उहनां दा बयान हैगा, चलो उहनां दे किहड़े संदर्भ 'च बयान हैगा जां किहड़े संदर्भ 'च नहीं उहदे 'ते असीं गल कर दईए। हुण जिहड़ा बंदा
ਮਾਨ ਸਾਹਿਬ ਆਹ ਮੁਸ਼ਕਿਲ ਆ, ਜਿਹੜਾ ਬੰਦਾ ਆਪ ਭੁੱਖਾ ਆ ਉਹਨੇ ਤਾਂ ਬਾਹਰ ਨਿਕਲ ਕੇ ਰੌਲਾ ਪਾਉਣਾ ਹੀ ਪਾਉਣਾ, ਉਹਨੇ ਤਾਂ ਆਣ ਕੇ ਬਾਹਰ ਆਣ ਕੇ ਚੀਕਣਾ ਹੀ ਚੀਕਣਾ ਕਿ ਹਾਂ ਵੀ ਮੈਂ ਮਰਦਾ ਜਾ ਰਿਹਾ ਜੀ, ਮੇਰੀ ਕੋਈ ਬਾਂਹ ਫੜੋ। ਅਤੇ ਜੇਕਰ ਲੋਕ ਜਾਂ ਪ੍ਰਸ਼ਾਸਨ ਉਸ ਦੀ ਬਾਂਹ ਫੜਨ ਦੀ ਬਜਾਏ ਇਹ ਗੱਲ ਕਹਿ ਦੇ ਕਿ ਹਾਂ ਭਾਈ ਇਹ ਸਾਡੇ ਵਾਸਤੇ ਮੁਸ਼ਕਲਾਂ ਪੈਦਾ ਕਰ ਰਿਹਾ, ਤਾਂ ਇਹ ਗੱਲ ਫਿਰ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਕਰਨ ਯੋਗ ਨਹੀਂ ਹੁੰਦੀ। ਕਿਉਂਕਿ ਉਹਦਾ ਦਰਦ, ਉਸ ਦੀ ਪੀੜ, ਜਿਸ ਵਿਅਕਤੀ ਨੂੰ ਕੋਈ ਮੁਸ਼ਕਲ ਆ, ਜਿਹੜਾ ਬਾਹਰ ਆਣ ਕੇ ਚੀਕਾਂ ਮਾਰਦਾ ਪਿਆ ਜਿੱਥੇ ਪਤਾ ਕੁਝ ਵੀ ਹੋ ਸਕਦਾ, ਅਤੇ ਤੁਸੀਂ ਉਸ ਨੂੰ ਹੌਸਲਾ ਦੇਣ ਦੀ ਬਜਾਏ ਜੇਕਰ ਅਜਿਹੀਆਂ ਗੱਲਾਂ ਕਰੋਗੇ ਤਾਂ ਫਿਰ ਸੇਫ ਲੱਗਦਾ ਕਿ ਤੁਹਾਡੀ ਸਰਕਾਰ ਦੀ ਮਨਸ਼ਾ ਜਿਹੜੀ ਉਹ ਕੀ ਹੈ ਕੀ ਹੈ। ਸੋ ਇਹ ਬਿਆਨ ਜਿਹੜਾ, ਇਹ ਮਹਿਜ਼ ਬਿਆਨ ਅਸੀਂ ਕਹਿ ਸਕਦੇ ਕਿ ਆਪਣੀ ਪਿੱਠ ਥਪਾਉਣ ਨੂੰ ਜਾਂ ਆਪਣੀ ਹੈਂਕੜ ਨੂੰ ਦਰਸਾਉਣ ਵਾਲਾ, ਅਤੇ ਜਾਂ ਕਿਸਾਨ ਜਥੇਬੰਦੀਆਂ ਨੂੰ ਇਹ ਦਰਸਾਉਣ ਵਾਲਾ ਕਿ ਤੁਹਾਡੇ ਕਰਕੇ ਆਮ ਲੋਕ ਪ੍ਰਭਾਵਿਤ ਹੁੰਦੇ ਨੇ। ਠੀਕ ਆ ਮਨਪ੍ਰੀਤ ਮਾਲਵਿੰਦਰ ਸਿੰਘ ਕੰਗ ਦਾ ਇਹ ਬਿਆਨ ਕਿ ਲੋਕ ਪ੍ਰਭਾਵਿਤ ਹੁੰਦੇ ਨੇ, ਹੁੰਦੇ ਜ਼ਰੂਰ ਹੁੰਦੇ ਆ, ਪਰ ਉਸ ਤੋਂ ਪਹਿਲਾਂ ਕਿ ਇਹ ਸਥਿਤੀ ਨੌਬਤ ਆਵੇ ਹੀ ਨਾ, ਜਦੋਂ ਗੱਲਬਾਤ ਡਾਇਲਾਗ ਚੱਲ ਰਿਹਾ ਸੀ ਉਸ ਵਕਤ ਉਹਨਾਂ ਦੀਆਂ ਗੱਲਾਂ ਬਾਤਾਂ ਮੰਨ ਲਈਆਂ ਜਾਂਦੀਆਂ। ਹੁਣ ਕੱਲ੍ਹ ਵੀ ਤਾਂ 186 ਕਰੋੜ ਰੁਪਈਆ ਜਾਰੀ ਕੀਤਾ, ਉਸ 'ਤੇ ਵੀ ਪੇ ਜਿਹਦਿਨ ਗੱਲਬਾਤ ਦਾ ਆਖਰੀ ਦੌਰ ਚੱਲ ਰਿਹਾ ਸੀ ਉਸ 'ਤੇ ਵੀ ਇਹ ਪੈਸੇ ਜਾਰੀ ਕੀਤੇ ਜਾ ਸਕਦੇ ਸਨ, ਉਹ ਵਿਚਾਰੇ ਨਾ ਨਿਕਲਦੇ, ਆਮ ਲੋਕਾਂ ਦੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਨਾ ਹੁੰਦਾ। ਚਲੋ ਇਹ ਵੀ ਗੱਲ ਹੋ ਗਈ। ਹੁਣ ਗੱਲ ਆ ਗਈ 186 ਕਰੋੜ ਦੀ। ਹੁਣ ਜਿਸ ਤਰੀਕੇ ਨਾਲ ਕਿਸਾਨ ਜਿਹੜੇ ਨੇ ਰਾਹਤ ਦੀ ਮੰਗ ਕਰ ਰਹੇ ਆ ਕਿ ਸਾਨੂੰ ਪੂਰਾ ਮੁਆਵਜ਼ਾ ਦਿੱਤਾ ਜਾਏ, ਸਰਕਾਰ 5 ਜ਼ਿਲ੍ਹਿਆਂ ਦੀ ਗੱਲ, 5 ਏਕੜ ਦੀ ਗੱਲ ਕਰਦੀ ਹੈ। ਦੂਜੇ ਪਾਸੇ ਪੰਜਾਬ ਸਰਕਾਰ ਕਹਿੰਦੀ ਕਿ ਕੇਂਦਰ ਸਰਕਾਰ ਪਾਸੋਂ ਅਸੀਂ ਹੜ੍ਹ ਪੀੜਤਾਂ ਵਾਸਤੇ 218 ਕਰੋੜ ਰੁਪਈਆ ਵੀ ਮੰਗਿਆ ਆ, ਉਹ ਕੇਂਦਰ ਸਰਕਾਰ ਵੱਲੋਂ ਦਿੱਤਾ ਜਾ ਚੁੱਕਾ। ਉਸ ਤੋਂ ਬਾਅਦ ਹੋਰ ਵੀ ਉਹਨਾਂ ਨੇ ਮੰਗ ਕੀਤੀ ਸੀ। ਹੁਣ ਇੱਕ ਪਾਸੇ ਤਾਂ 186 ਕਰੋੜ ਜਿਹੜਾ ਜਾਰੀ ਹੋਇਆ, 218 ਕਰੋੜ ਜਿਹੜਾ ਕੇਂਦਰ ਸਰਕਾਰ ਦਾ ਜਿਹੜਾ ਜਾਰੀ ਕੀਤਾ ਗਿਆ ਪੰਜਾਬ ਸਰਕਾਰ ਨੂੰ, ਜੇਕਰ ਉਹੀ 218 ਦਾ 18 ਕਰੋੜ ਜਿਹੜਾ ਜਾਰੀ ਕਰ ਦਿੱਤਾ ਜਾਂਦਾ, ਹੁਣ 186 ਕਰੋੜ ਜਾਰੀ ਕਰਨ ਦਾ ਕੋਈ ਆਹੀ ਕਹਿ ਸਕਦੇ ਕਿ ਜਿਹੜਾ ਇਹਨਾਂ ਦਾ ਅਲਜ਼ਹਿਰਾ ਉਹ ਸਮਝ ਨਹੀਂ ਆਇਆ ਕਿ ਇੰਨਾ ਕਿਉਂ ਕੀਤਾ ਗਿਆ। ਜੇਕਰ ਪੂਰਨ ਤੌਰ 'ਤੇ ਕਿਸਾਨ ਮੰਗ ਕਰ ਰਹੇ ਆ ਤਾਂ ਫਿਰ ਪੂਰਾ ਰਾਹਤ ਫੰਡ ਲਿਆ ਕੇ ਵੰਡ ਦਿੱਤਾ ਜਾਂਦਾ। ਜੇ ਆਪਾਂ ਪੰਜਾਬ ਕਾਂਗਰਸ ਦੀ ਗੱਲ ਕਰੀਏ, ਉਹਨਾਂ ਦੇ MP ਸਾਹਿਬਾਨ ਵੀ 10-10 ਹਜ਼ਾਰ ਜਾਂ 20 ਹਜ਼ਾਰ ਕਰੋੜ ਰੁਪਏ ਦੀ ਮੰਗ ਕਰਦੇ ਨਜ਼ਰ ਆਏ ਨੇ ਕਿ ਹੁਣ ਜਿੱਥੇ ਹਜ਼ਾਰਾਂ ਕਰੋੜਾਂ ਦੀ ਗੱਲ ਹੋ ਰਹੀ ਹੈ ਮੁਆਵਜ਼ੇ ਸੰਬੰਧ ਵਿੱਚ, ਰਾਹਤ ਪੈਕੇਜ ਸੰਬੰਧ ਵਿੱਚ, ਕੀ 186 ਕਰੋੜ ਰੁਪਈਆ ਸਫੀਸ਼ੀਐਂਟ ਹੋਏਗਾ? ਮੰਗ ਹਜ਼ਾਰਾਂ ਕਰੋੜ ਦੀ ਹੋ ਰਹੀ ਹੈ, ਜਾਰੀ 186 ਕਰੋੜ ਰੁਪਈਆ ਹੋ ਰਿਹਾ ਹੈ। ਮਾਨ ਸਾਹਿਬ ਛੋਟੀ ਛੋਟੀ ਮੰਗ ਪੂਰੀ ਕਰਨ ਦੀ ਗੱਲ ਕਰਦੇ ਨੇ, ਨਿੱਕੇ ਤੋਂ ਨਿੱਕਾ ਮੁਆਵਜ਼ਾ ਦੇਣ ਦੀ ਗੱਲ ਕਰਦੇ ਨੇ ਕਿ ਮੈਂ ਉੱਥੇ ਗੱਲ ਕਰ ਰਿਹਾ ਸੀ ਕਿ ਕਿਉਂਕਿ ਇਹ ਤਾਂ ਕਹਿ ਰਹੇ ਸੀ ਮਜ਼ਦੂਰਾਂ ਦੇ ਵੀ ਪੈਸੇ ਦੇਵਾਂਗੇ। ਮਾਨ ਸਾਹਿਬ ਇੱਕ ਵਾਰ ਨਹੀਂ ਬਹੁਤ ਵਾਰ ਆਪਣੇ ਸਪੀਚ ਦੇ ਵਿੱਚ ਬੋਲ ਚੁੱਕੇ ਨੇ ਕਿ 186 ਕਰੋੜ ਰੁਪਈਆ ਇਹ ਸ਼ੁਰੂਆਤ ਹੈ ਜਾਂ ਸਿਰਫ ਇਹ ਪੂਰਾ ਮੁਆਵਜ਼ਾ ਦਿੱਤਾ ਗਿਆ ਸਰਕਾਰ ਵੱਲੋਂ, ਇਹ ਸਮਝਣ ਦੀ ਕੋਸ਼ਿਸ਼ ਵੀ ਕਰਾਂਗੇ ਥੋੜ੍ਹਾ ਜਿਹਾ। ਮੈਨੂੰ ਮਾਨ ਸਾਹਿਬ ਇਸ ਤਰ੍ਹਾਂ ਲੱਗਦਾ ਕਿ ਜਿਹੜਾ ਕਿਸਾਨਾਂ ਦਾ ਜਿਹੜਾ ਦਬਾਅ ਸੀ ਕਿ ਸਰਕਾਰ ਦੇ ਉੱਤੇ, ਕੇਵਲ ਉਸ ਦਬਾਅ ਦੇ ਤਹਿਤ ਆਣ ਕੇ ਕਿਸਾਨਾਂ ਦੇ ਅਥਰੂ ਪੂੰਝਣ ਦਾ ਇੱਕ ਮਹਿਜ਼ ਇੱਕ ਯਤਨ ਹੈਗਾ, ਇੱਕ ਦਬਾਅ ਦੇ ਤਹਿਤ ਇੱਕ ਛੋਟੀ ਜਿਹੀ ਰਾਸ਼ੀ ਜਿਹੜੀ ਉਹ ਜਾਰੀ ਕੀਤੀ ਗਈ ਆ। ਜੇਕਰ ਤੁਸੀਂ ਕਹੋ ਕਿ 186 ਕਰੋੜ ਦਾ ਸਮੁੱਚੇ ਕਿਸਾਨਾਂ ਨੂੰ ਹਰ ਪੀੜਤਾਂ ਨੂੰ ਜੇਕਰ ਮੁਆਵਜ਼ਾ ਦੇ ਦਿੱਤੀ ਇਸ ਸਾਰੀ ਰਕਮ 'ਚ, ਉਹ ਲੱਗਦਾ ਨਹੀਂ। ਇਹ ਕੇਵਲ ਕਿਸਾਨਾਂ ਦਾ ਦਬਾਅ ਸੀ ਕਿ ਜਿਸ ਤਰੀਕੇ ਨਾਲ ਉਹਨਾਂ ਦਬਾਅ ਦੇ ਤਹਿਤ ਕਿਸਾਨਾਂ ਨੇ ਪਾਇਆ ਤਾਂ ਥੋੜ੍ਹੀ ਜਿਹੀ ਰਾਸ਼ੀ ਦੇ ਕੇ ਉਹਨਾਂ ਨੂੰ ਰਾਹਤ ਪ੍ਰਦਾਨ ਕਰਨ ਦੀ ਗੱਲ ਕੀਤੀ ਗਈ ਆ। ਪਰ ਹੁਣ ਇਹ ਵੇਖਣਾ ਹੋਗਾ ਕਿ ਕਿਸਾਨ 186 ਕਰੋੜ ਦੀ ਜਿਹੜੀ ਰਾਸ਼ੀ ਡਿਪਟੀ ਕਮਿਸ਼ਨਰ ਨੂੰ ਜਾਰੀ ਹੋਈ ਹੈ ਕਿ ਇਹਨੂੰ ਲੈ ਕੇ ਉਹ ਸੰਤੁਸ਼ਟ ਹੁੰਦੇ ਆ ਜਾਂ ਨਹੀਂ ਹੁੰਦੇ। ਮੈਨੂੰ ਇਸ ਤਰ੍ਹਾਂ ਲੱਗਦਾ ਕਿ ਸਰਕਾਰ ਦੇ ਮਹਿਜ਼ ਕਿਸਾਨਾਂ ਦੇ ਅਥਰੂ ਪੂੰਝਣ ਦਾ ਇੱਕ ਡਰਾਮਾ ਜਿਹਾ ਜਿਹੜਾ ਕੀਤਾ ਆ, ਕਿਉਂਕਿ ਸਰਕਾਰ ਕਿਸਾਨਾਂ ਦੇ ਜਥੇਬੰਦੀਆਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਇਸ ਤੋਂ ਕਿਤੇ ਵੱਧ ਨੇ। ਤਾਂ 186 ਕਰੋੜ ਤਾਂ ਫਿਰ ਕਿਤੇ ਵੀ ਮਾਨ ਸਾਹਿਬ ਉਹ ਸਟੈਂਡ ਨਹੀਂ ਕਰਦਾ। ਇੱਕ ਕਾਹਲੀ ਵਿੱਚ ਸਰਕਾਰ ਵੱਲੋਂ ਕੀਤਾ ਗਿਆ ਯਤਨ ਤਾਂ ਜੋ ਕਿਸਾਨ ਜਥੇਬੰਦੀਆਂ ਨੂੰ ਇਹ ਗੱਲ ਦਾ ਭਰੋਸਾ ਦਵਾਇਆ ਜਾ ਸਕੇ ਕਿ ਹਾਂ ਭਈ ਇਹ ਰਾਹਤ ਰਾਸ਼ੀ ਅਸੀਂ ਸ਼ੁਰੂ ਕਰ ਦਿੱਤੀ ਆ, ਬਾਕੀ ਰਾਹਤ ਰਾਸ਼ੀ ਵੀ ਅਸੀਂ ਆਉਂਦਿਆਂ ਦਿਨਾਂ 'ਚ ਜਿਹੜੀ ਆ ਉਹ ਤੁਹਾਨੂੰ ਅਦਾ ਕਰ ਦਾਂਗੇ। ਇਹ ਜੋ 186 ਕਰੋੜ ਰੁਪਈਆ ਕੀਤਾ ਗਿਆ, ਜੇਕਰ ਸਮੁੱਚੇ ਪੰਜਾਬ ਦੇ ਹੜ੍ਹ ਪੀੜਤਾਂ ਦੀ ਪ੍ਰਭਾਵਿਤ ਲੋਕਾਂ ਦੀਆਂ ਕਿਸਾਨਾਂ ਦੀਆਂ ਗੱਲ ਕਰੀਏ ਤਾਂ 186 ਕਰੋੜ ਰੁਪਈਆ ਉਹਨਾਂ ਦੇ ਮੁਕਾਬਲੇ ਕਿਤੇ ਵੀ ਕੁਝ ਵੀ ਨਹੀਂ ਹੈ, ਟਿਕਦਾ ਨਹੀਂ ਆ। ਇਹ ਮਹਿਜ਼ ਕਿਸਾਨਾਂ ਦੇ ਅਥਰੂ ਪੂੰਝਣ ਦਾ ਇੱਕ ਝੂਠਾ ਜਿਹਾ ਇੱਕ ਯਤਨ ਹੈਗਾ ਕਿ ਜਿਹਦੇ ਤਹਿਤ ਉਹਨਾਂ ਨੂੰ ਪਰਚਾਇਆ ਜਾ ਸਕਦਾ। ਪਰ ਹੁਣ ਇਹ ਵੇਖਣਾ ਹੋਵੇ ਕਿ ਕਿਸਾਨ ਸਰਕਾਰ ਦੇ ਇਸ ਫੈਸਲੇ ਨਾਲ ਕਿੰਨਾ ਕੁ ਸੰਤੁਸ਼ਟ ਹੁੰਦੇ ਆ ਜਾਂ ਕਿੰਨੇ ਕੁ ਸੰਤੁਸ਼ਟ ਨਹੀਂ ਹੁੰਦੇ। ਬਿਲਕੁਲ ਜੀ ਬਿਲਕੁਲ। ਪਰ ਇੱਕ ਦੂਸਰੇ ਪਾਸੇ ਆਪਾਂ ਨੂੰ ਕੇਂਦਰ ਸਰਕਾਰ ਦੀ ਗੱਲ ਕਰੀਏ, ਕਿਉਂਕਿ 2024 ਦੇ ਲਈ ਉਹ ਵੀ ਹੁਣ ਆਪਣਾ ਪਿਟਾਰਾ ਖੋਲ੍ਹਣ ਦੇ ਲਈ ਬਿਲਕੁਲ ਤਿਆਰ ਬੈਠੇ ਨੇ। ਜੋ ਸੂਚਨਾਵਾਂ ਸਾਡੇ ਤੱਕ ਪਹੁੰਚੀਆਂ ਨੇ, ਕਿਆਸ ਰਾਹੀਆਂ ਇਹ ਲਗਾਈਆਂ ਜਾ ਰਹੀਆਂ ਨੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ
ਲੋਕਾਂ ਨੂੰ 2024 ਦੇ ਲਈ ਪ੍ਰਭਾਵਿਤ ਕਰਨ ਦੇ ਲਈ ਵੀ ਅਸੀਂ ਬੜੇ ਲੋਕ ਹਿਤੈਸ਼ੀਆਂ ਸੈਂਟਰ ਸਰਕਾਰ ਦੇ ਵੱਲੋਂ ਵੱਡੇ ਵੱਡੇ ਐਲਾਨ ਵੱਡੀਆਂ ਵੱਡੀਆਂ ਸੌਗਾਤਾਂ ਲੋਕਾਂ ਨੂੰ ਦਿੱਤੀਆਂ ਜਾ ਸਕਦੀਆਂ ਨੇ। ਆਖਿਰ ਕਿਹੜੇ ਐਲਾਨ ਨੇ ਉਹ ਕਿਹੜੀਆਂ ਸੌਗਾਤਾਂ ਨੇ ਜਿਹੜੀਆਂ 2024 ਦੀਆਂ ਇਲੈਕਸ਼ਨਾਂ ਦੇ ਮੱਦੇਨਜ਼ਰ ਸੈਂਟਰ ਸਰਕਾਰ ਦੇਸ਼ ਦੇ ਲੋਕਾਂ ਨੂੰ ਦੇ ਸਕਦੀ ਹੈ, ਕਿਹੜੇ ਕਿਹੜੇ ਉਹ ਫਾਇਦੇ ਨੇ ਜਿਹੜੇ ਹੁਣ ਲੋਕਾਂ ਨੂੰ ਹੋਣ ਜਾ ਰਹੇ ਨੇ, ਕਿਹੜੀਆਂ ਕਿਹੜੀਆਂ ਰਾਹਤਾਂ ਨੇ ਜਿਹੜੇ ਲੋਕਾਂ ਨੂੰ ਮਿਲ ਸਕਦੀਆਂ ਨੇ। ਦੇਖੋ 2024 ਦੀਆਂ ਚੋਣਾਂ ਨੂੰ ਲੈ ਕੇ ਜਿੱਥੇ ਇੰਡੀਆ ਗੱਠਜੋੜ ਪੂਰਨ ਤੌਰ 'ਤੇ ਪੱਬਾਂ ਭਾਰ ਆ, ਦੂਸਰੇ ਪਾਸੇ NDA ਵੀ ਇਸ ਗੱਲ ਨੂੰ ਲੈ ਕੇ ਪੂਰਨ ਤੌਰ 'ਤੇ ਯਤਨਸ਼ੀਲ ਆ ਕਿ ਉਹ ਦੁਬਾਰਾ ਸੱਤਾ ਦੇ ਵਿੱਚ ਵਾਪਸੀ ਕਰ ਦੇਣ, ਕਿਉਂਕਿ ਬੀਤੇ 10 ਸਾਲਾਂ ਦੇ ਵਿੱਚ ਜੋ ਕੁਝ ਭਾਜਪਾ ਦੇ ਕਾਰਜਕਾਰੀ ਰਹੀ ਆ ਉਸ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਉੱਠਦੇ ਰਹੇ ਆ। ਪਰ ਜਿਸ ਤਰੀਕੇ ਨਾਲ ਅਸੀਂ ਕਹਿ ਸਕਦੇ ਕਿ ਭਾਜਪਾ ਆਪਣੇ ਮਨੋਬਲ ਨੂੰ ਲੈ ਕੇ ਹੀ ਚੋਣ ਮੈਦਾਨ 'ਚ ਉਤਰਦੀ ਹੈ, ਸੋ ਜੋ 2024 ਦੀਆਂ ਮਾਰਚ ਅਪ੍ਰੈਲ ਜਾਂ ਮਈ ਦੇ ਵਿੱਚ ਜਿਹੜੀਆਂ ਚੋਣਾਂ ਹੋਣੀਆਂ ਨੇ ਉਹਨਾਂ ਨੂੰ ਲੈ ਕੇ ਆਮ ਭਾਜਪਾ ਵੱਲੋਂ ਜਿਹੜੀ ਆ ਹੁਣ ਤੋਂ ਤਿਆਰੀ ਜਿਹੜੀ ਆ ਕੀਤੀ ਜਾ ਚੁੱਕੀ ਆ। ਭਾਜਪਾ ਵੱਲੋਂ ਤਾਂ ਤਿਆਰੀ ਜਿਹੜੀ ਆ ਜ਼ਿਲ੍ਹਾ ਪੱਧਰ 'ਤੇ ਬੂਥ ਪੱਧਰ 'ਤੇ ਕੀਤੀ ਜਾ ਰਹੀ ਹੈ, ਪਰ ਕੇਂਦਰ ਸਰਕਾਰ ਨੇ ਵੀ ਭਾਰਤ ਦੇ ਲੋਕਾਂ ਨੂੰ ਆਪਣੇ ਵੱਲ ਖਿੱਚਣ ਵਾਸਤੇ ਜਿਹੜਾ ਕਈ ਤਰ੍ਹਾਂ ਦੀਆਂ ਰਾਹਤਾਂ ਦੇਣ ਦਾ ਜਿਹੜਾ ਐਲਾਨ ਜਿਹੜਾ ਉਹ ਕੀਤਾ ਹੈਗਾ। ਹੁਣ ਜੋ ਜਾਣਕਾਰੀ ਸਾਡੇ ਤੱਕ ਪਹੁੰਚੀ ਹੈ, ਹੁਣ ਜੋ ਬਜਟ ਸੈਸ਼ਨ ਹੋਣਾ ਆਖਰੀ ਬਜਟ ਸੈਸ਼ਨ ਦੇ ਵਿੱਚ ਕੁਝ ਰਾਹਤਾਂ ਜਿਹੜੀਆਂ ਨੇ ਸਰਕਾਰ ਦੇਣ ਦੇ ਬੋਰਡ 'ਚ ਖਾਸ ਤੌਰ 'ਤੇ ਨਿਮਨ ਵਰਗ ਨੂੰ ਸਭ ਤੋਂ ਵੱਡੀ ਜਿਹੜੀ ਰਾਹਤ ਜਿਹੜੀ ਦਿੱਤੀ ਜਾ ਸਕਦੀ ਹੈ ਜਾਂ ਜਿਸ ਉੱਤੇ ਫੈਸਲਾ ਕੀਤਾ ਜਾ ਰਿਹਾ ਉਹ ਹੈ ਕਿ ਸ਼ਹਿਰਾਂ ਦੇ ਵਿੱਚ ਮੱਧ ਵਰਗੀ ਲੋਕਾਂ ਨੂੰ ਘਰ ਬਣਾਉਣ ਦਾ ਜਿਹੜਾ ਸੁਪਨਾ ਹੁੰਦਾ ਉਸਨੂੰ ਸਾਕਾਰ ਕਰਨ ਵਾਸਤੇ ਸਰਕਾਰ ਜਿਹੜੀ ਆ ਬੈਂਕਾਂ ਦੇ ਰਾਹੀਂ ਬਹੁਤ ਘੱਟ ਵਿਆਜ ਦਰ 'ਤੇ ਜਿਹੜਾ ਕਰਜ਼ਾ ਦੇਣ ਦੀ ਮੁਹਿੰਮ ਜਿਹੜੀ ਆ ਉਹ ਚਲਾ ਰਹੀ। ਇਹਦੇ ਸੰਬੰਧੀ ਕਹਿੰਦੇ ਕਿ ਫਾਈਨਾਂਸ ਡਿਪਾਰਟਮੈਂਟ ਨੂੰ ਸਮੁੱਚੇ ਬੈਂਕਾਂ ਦੇ ਅਧਿਕਾਰੀਆਂ ਨਾਲ ਗੱਲਬਾਤ ਵੀ ਕਰ ਲਈ ਗਈ ਹੈ ਔਰ ਉਹਨਾਂ ਨੂੰ ਨਿਰਦੇਸ਼ ਵੀ ਜਾਰੀ ਕਰ ਦਿੱਤੇ ਗਏ ਆ ਕਿ ਕਿਸ ਤਰੀਕੇ ਨਾਲ ਇਹ ਯੋਜਨਾ ਨੂੰ ਤੁਸੀਂ ਸਿਰੇ ਜਿਹੜਾ ਝਾੜਨਾ ਹੈਗਾ। ਔਰ ਇਹਦੇ ਨਾਲ ਹੀ ਨਾਲ ਜਿਹੜੇ ਕੁਝ ਹੋਰ ਲੋਕ ਨੇ ਜਿਹੜੇ ਪਲਾਟ ਲੈਣਾ ਚਾਹੁੰਦੇ ਨੇ ਉਹਨਾਂ ਵਾਸਤੇ ਵੀ ਪਤਾ ਲੱਗਾ ਕਿ ਸਰਕਾਰ ਨੇ ਅਜਿਹੀਆਂ ਯੋਜਨਾਵਾਂ ਜਿਹੜੀਆਂ ਬਣਾਈਆਂ। ਔਰ ਸਭ ਤੋਂ ਵੱਡਾ ਜਿਹੜਾ ਕੇਂਦਰ ਸਰਕਾਰ ਜਿਹੜੀ ਆ ਉਹ ਫੈਸਲਾ ਇਹ ਕਰਨ ਜਾ ਰਹੀ ਆ ਕਿ ਖਾਸ ਤੌਰ 'ਤੇ ਜਿਹੜੀਆਂ ਪੈਟਰੋਲੀਅਮ ਦੀਆਂ ਕੀਮਤਾਂ ਨੇ ਔਰ ਘਰ ਵਿੱਚ ਵਰਤੀ ਜਾਣ ਵਾਲੀ ਜਿਹੜੀ ਗੈਸ ਆ ਉਹਦੇ ਸੰਬੰਧ ਵਿੱਚ ਸਰਕਾਰ ਕੋਈ ਅਹਿਮ ਫੈਸਲਾ ਲੈ ਸਕਦੀ ਹੈ, ਭਾਵ ਕੋਈ ਵੱਡੇ ਦੀ ਕਟੌਤੀ ਜਿਹੜੀ ਆ ਉਹ ਕਰ ਸਕਦੀ ਹੈ, ਕਿਉਂਕਿ ਪੈਟਰੋਲ ਦੀਆਂ ਡੀਜ਼ਲ ਦੀਆਂ ਕੀਮਤਾਂ ਬੀਤੇ ਲੰਬੇ ਸਮੇਂ ਤੋਂ ਸਰਕਾਰ ਵੱਲੋਂ ਉਹਨਾਂ ਵਿੱਚ ਕਟੌਤੀ ਜਿਹੜੀ ਆ ਕੀਤੀ ਨਹੀਂ ਗਈ। ਹਾਲਾਂਕਿ ਰੂਸ ਦੇ ਵਿੱਚ ਜਦੋਂ ਤੇਲ ਜਦੋਂ ਸਸਤੇ 'ਚ ਮਿਲਿਆ ਅਤੇ ਵਿੱਤੀ ਆ ਜਿਹੜੀਆਂ ਕੰਪਨੀਆਂ ਸੀ ਉਹਨਾਂ ਨੂੰ ਫਾਇਦਾ ਹੋਇਆ, ਪਰ ਇਸ ਦੇ ਬਾਵਜੂਦ ਵੀ ਸਰਕਾਰ ਨੇ ਕੋਈ ਪੈਟਰੋਲ ਦੀਆਂ ਕੀਮਤਾਂ 'ਤੇ ਜਿਹੜੀ ਗੈਸ ਉਹਦੇ ਵਿੱਚ ਕੋਈ ਕਮੀ ਨਹੀਂ ਕੀਤੀ। ਪਰ ਹੁਣ ਜਿਉਂ ਜਿਉਂ ਚੋਣਾਂ ਲਾਗੇ ਆ ਰਹੀਆਂ ਨਾ ਸਰਕਾਰ ਜਿਹੜਾ ਘਰੇਲੂ ਗੈਸ ਸਿਲੰਡਰ ਆ ਉਸ ਦੇ ਵਿੱਚ ਅਤੇ ਪੈਟਰੋਲ ਦੀਆਂ ਕੀਮਤਾਂ ਦੇ ਵਿੱਚ ਵੱਡਾ ਪਰਿਵਰਤਨ ਜਿਹੜਾ ਉਹ ਲਿਆਉਣ ਦਾ ਫੈਸਲਾ ਜਿਹੜਾ ਕਰ ਰਹੀ ਹੈ, ਕਿਉਂਕਿ ਇਹਦੀ ਸਿੱਧੀ ਮਾਰ ਜਿਹੜੀ ਹੈ ਜਨ ਸਧਾਰਨ ਦੇ ਵਿਅਕਤੀ ਨਾਲ ਸੰਬੰਧਿਤ ਹੈਗੀ ਹੈ। ਹਰ ਵਿਅਕਤੀ ਗੈਸ ਨਾਲ ਜਾਂ ਪੈਟਰੋਲ ਦੇ ਨਾਲ ਪੂਰਨ ਤੌਰ 'ਤੇ ਰੋਜ਼ਮਰਾ ਦੀਆਂ ਜ਼ਰੂਰਤਾਂ ਜਿਹੜੀਆਂ ਜੁੜੀਆਂ ਨੇ, ਤਾਂ ਸਰਕਾਰ ਇਸ ਤਰੀਕੇ ਨਾਲ ਹਰ ਸਧਾਰਨ ਵਿਅਕਤੀ ਦਾ ਸਿੱਧੀ ਅਪਰੋਚ ਕਰਕੇ ਉਹਨੂੰ ਇਹ ਸੰਦੇਸ਼ ਦੇਣਾ ਚਾਹੁੰਦੀ ਹੈ ਕਿ ਬੀਤੇ 10 ਸਾਲਾਂ ਵਿੱਚ ਭਾਜਪਾ ਨੇ ਜਿੱਥੇ ਦੇਸ਼ ਦਾ ਵਿਕਾਸ ਕੀਤਾ ਉੱਥੇ ਹੁਣ ਉਹ ਹਰ ਨਿੱਕੇ ਤੋਂ ਨਿੱਕੇ ਵਿਅਕਤੀ ਹੇਠਲੇ ਵਰਗ ਤੋਂ ਲੈ ਕੇ ਉੱਪਰਲੇ ਮੱਧ ਵਰਗ ਤੱਕ ਵੀ ਉਹ ਸਿੱਧੀ ਅਪਰੋਚ ਰੱਖਣਾ ਚਾਹੁੰਦੀ ਆ, ਉਹਦੀਆਂ ਮੁਸ਼ਕਲਾਂ ਤੋਂ ਉਹ ਜਾਣੂ ਆ, ਜਿਸ ਕਾਰਨ ਇਹਨਾਂ ਵਿੱਚ ਕਟੌਤੀ ਜਿਹੜੀ ਕੀਤੀ ਜਾ ਰਹੀ ਹੈ। ਔਰ ਇਹਦੇ ਨਾਲ ਹੀ ਨਾਲ ਜਿਹੜੀ ਓਲਡ ਪੈਨਸ਼ਨ ਸਕੀਮ ਹੈ ਜਿਹੜੀ ਕੇਂਦਰ ਸਰਕਾਰ ਦੇ ਬੀਤੇ ਸਮੇਂ 'ਚੋਂ ਵੱਖ ਵੱਖ ਵਿਭਾਗਾਂ 'ਚ ਰੱਦ ਕੀਤੀ ਆਪਣਿਆਂ ਮਹਿਕਮਿਆਂ 'ਚ, ਉਸ ਓਲਡ ਪੈਨਸ਼ਨ ਨੂੰ ਵੀ ਬਹਾਲ ਕਰਨ ਦਾ ਦੁਬਾਰਾ ਜਿਹੜਾ ਸਰਕਾਰ ਜਿਹੜਾ ਐਲਾਨ ਜਿਹੜਾ ਉਹ ਕਰ ਸਕਦੀ ਹੈ ਜਾਂ ਉਸ ਦੇ ਵਿੱਚ ਤਬਦੀਲੀ ਜਿਹੜੀ ਕਰਕੇ ਉਸਨੂੰ ਚੇਂਜ ਕਰ ਸਕਦੀ ਹੈ। ਹੁਣ ਇਹਦੇ ਨਾਲ ਹੀ ਨਾਲ ਇਹ ਵੀ ਪਤਾ ਲੱਗਾ ਕਿ ਨੌਕਰੀਆਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਵੀ ਵਾਧਾ ਜਿਹੜਾ ਕੀਤਾ ਜਾ ਰਿਹਾ, ਨੌਕਰੀਆਂ ਕੱਢੀਆਂ ਜਾ ਰਹੀਆਂ ਨੇ ਖਾਸ ਤੌਰ 'ਤੇ COD ਗ੍ਰੇਡ ਦੀਆਂ ਹੈਗੀਆਂ। ਹੁਣ ਮਾਨ ਸਾਹਿਬ ਇਹ ਜਿਹੜੀਆਂ ਚੀਜ਼ਾਂ ਨੇ ਜੇਕਰ ਇਹ ਹੁੰਦੀਆਂ ਨੇ ਤਾਂ ਜਿਸ ਤਰ੍ਹਾਂ ਹਰ ਵਿਅਕਤੀ ਦਾ ਸੁਪਨਾ ਹੁੰਦਾ ਘਰ ਸ਼ਹਿਰ ਦੇ ਵਿੱਚ ਘਰ ਬਣਾਉਣ ਦਾ, ਦੂਜੇ ਪਾਸੇ ਪਲਾਟ ਖਰੀਦਣ ਦਾ, ਤੀਸਰੇ ਪਾਸੇ ਗੈਸ ਸਸਤੀ ਹੋਵੇ, ਪੈਟਰੋਲ ਸਸਤਾ ਹੋਵੇ, ਰੋਜ਼ਮਰਾ ਦੀਆਂ ਵਸਤਾਂ ਜਿਹੜੀਆਂ ਤੁਹਾਡੀ ਪਹੁੰਚ ਹੋਣ, ਤਾਂ ਫਿਰ ਕੁਦਰਤੀ ਤੌਰ 'ਤੇ ਲੋਕ ਜਿਹੜੇ ਨੇ ਲੁਭਾਏ ਜਾਂਦੇ ਨੇ। ਪਰ ਇੱਥੇ ਸਭ ਤੋਂ ਵੱਡਾ ਪ੍ਰਸ਼ਨ ਇਹ ਆ ਕਿ ਤੁਸੀਂ ਚੋਣਾਂ ਦੇ ਐਨ ਆਖਰੀ ਮੌਕੇ 'ਤੇ ਆਣ ਕੇ ਲੋਕਾਂ ਨੂੰ ਇਹ ਚੀਜ਼ਾਂ ਲਭਾ ਕੇ ਇੱਕ ਵਾਰੀ ਜੇ ਦੁਬਾਰਾ ਸੱਤਾ 'ਚ ਆ ਜਾਂਦੇ ਜੇ ਤਾਂ ਫਿਰ 5 ਸਾਲ ਫਿਰ ਉਹਨਾਂ ਲੋਕਾਂ ਦਾ ਹੀ ਸ਼ੋਸ਼ਣ ਤੁਸੀਂ ਕਿਸੇ ਹੋਰ ਤਰੀਕੇ ਨਾਲ ਕਰਦੇ ਜੇ,
ਇਹ ਕਿਸੇ ਵੀ ਹੱਦ ਤੱਕ ਮਾਨ ਸਾਹਿਬ ਜਾਇਜ਼ ਜਿਹੜਾ ਨਹੀਂ ਆਖਿਆ ਜਾ ਸਕਦਾ। ਬਾਕੀ ਇਹ ਗੱਲ ਕਹਿ ਦਈਏ ਕਿ ਲੋਕ ਜਿਹੜੇ ਨੇ ਮਾਨ ਸਾਹਿਬ ਹੁਣ ਉਹੋ ਜਿਹੇ ਰਹੇ ਨਹੀਂ ਆ ਕਿ ਇਹਨਾਂ ਚੀਜ਼ਾਂ ਨੂੰ ਲੈ ਕੇ ਪ੍ਰਭਾਵਿਤ ਹੋ ਜਾਂਦੇ ਹੋਣ, ਕਿਉਂਕਿ ਪਿਛਲੇ ਸਮੇਂ 'ਚ ਜਿਸ ਤਰੀਕੇ ਦੀਆਂ ਵੱਖ ਵੱਖ ਰਾਜਾਂ 'ਚ ਚੋਣਾਂ ਹੋਈਆਂ, ਉਹਨਾਂ ਚੋਣਾਂ ਨੇ ਭਾਜਪਾ ਦੀਆਂ ਕਈ ਨੀਤੀਆਂ ਦੇ ਵਿਰੋਧ ਵਿੱਚ ਜਾ ਕੇ ਦੂਸਰੇ ਪਾਸੇ ਫੈਸਲਾ ਜਿਹੜਾ ਦਿੱਤਾ ਹੈਗਾ। ਸੋ ਉਸ ਸੰਦਰਭ 'ਚ ਅਸੀਂ ਕਹਿ ਸਕਦੇ ਹਾਂ ਕਿ ਠੀਕ ਆ, ਕੇਂਦਰ ਸਰਕਾਰ ਜੋ ਕਹਿੰਦੇ ਨਾ ਕਿ ਐਵਰੀਥਿੰਗ ਇਜ਼ ਰਾਈਟ ਐਂਡ ਲਵ ਐਂਡ ਵਾਰ, ਮੁਹੱਬਤ ਅਤੇ ਜੰਗ 'ਚ ਸਭ ਕੁਝ ਜਾਇਜ਼ ਆ, ਠੀਕ ਆ, ਕੇਂਦਰ ਸਰਕਾਰ ਪਟਾਰਾ ਖੋਲ੍ਹੇਗੀ। ਪਰ ਹੁਣ ਇਹ ਵੇਖਣਾ ਕਿ ਲੋਕ ਕੇਂਦਰ ਸਰਕਾਰ ਦੇ ਇਹਨਾਂ ਪਟਾਰਿਆਂ ਦੇ ਜਿਹੜੇ ਖੁੱਲ੍ਹਣਗੇ ਖੁਸ਼ ਹੋ ਕੇ ਉਹਨਾਂ ਦੇ ਹੱਕ ਵਿੱਚ ਖਲੋਦੇ ਰਹੀ ਅਤੇ ਜਾਂ ਕੇਵਲ ਇਹਨਾਂ ਨੂੰ ਵੀ ਉਹ ਲਾਲੀਪੌਪ ਸਮਝਦੇ। ਜੀ ਬਿਲਕੁਲ ਬਿਲਕੁਲ, ਇਹ ਤਾਂ ਗੱਲ ਕਲੀਅਰ ਹੈ ਜਿਵੇਂ ਤੁਸੀਂ ਕਿਹਾ ਵੀ ਹਰ ਸਰਕਾਰ, ਕਿਉਂਕਿ ਮਾਨ ਸਰਕਾਰ ਵੀ ਵਾਰ ਵਾਰ ਇਹ ਗੱਲ ਕਹਿੰਦੀ ਹੈ ਵੀ ਭਾਈ ਇਲੈਕਸ਼ਨਾਂ ਦੇ ਟਾਈਮ ਲਾਸਟ ਜੋ ਇਲੈਕਸ਼ਨ ਈਅਰ ਹੁੰਦਾ ਹੈਗਾ ਉਦੋਂ ਹੀ ਲੋਕਾਂ ਨੂੰ ਰਾਹਤਾਂ ਦਿੱਤੀਆਂ ਜਾਂਦੀਆਂ, ਲੋਕਾਂ ਨੂੰ ਲੋਲੀਪੌਪ ਦਿੱਤੀਆਂ ਜਾਂਦੀਆਂ। ਲੇਕਿਨ ਹੁਣ ਸੈਂਟਰ ਸਰਕਾਰ ਜੇਕਰ ਇਸ ਤਰ੍ਹਾਂ ਦੀਆਂ ਸੁਵਿਧਾਵਾਂ ਸੁੱਖ ਸਹੂਲਤਾਂ ਲੋਕਾਂ ਨੂੰ ਦੇਣ ਲੱਗੀ ਹੈ, ਕੀ ਇਹ ਸੁੱਖ ਸਹੂਲਤਾਂ ਇਹ ਸੁਵਿਧਾਵਾਂ ਇਹ ਰਾਹਤਾਂ ਲੰਮੇ ਸਮੇਂ ਤੱਕ ਚੱਲਣਗੀਆਂ ਜਾਂ ਫਿਰ ਇਹ ਵੀ ਇੱਕ ਚੋਣ ਸਟੰਟ ਹੈ, ਕਿ ਲੋਕ ਇਸ ਚੋਣ ਸਟੰਟ ਨੂੰ ਸਮਝਣਗੇ ਜਾਂ ਇਸ ਵਿੱਚ ਫਸ ਕੇ ਇੱਕ ਵਾਰ ਫਿਰ ਤੋਂ ਆਪਣਾ ਜਾਂ ਕਹੀਏ ਫਿਊਚਰ ਦੇ ਸੰਬੰਧ ਦੇ ਵਿੱਚ ਸਹੀ ਫੈਸਲਾ ਲੈ ਪਾਉਣਗੇ ਜਾਂ ਨਹੀਂ ਪਾਉਣਗੇ, ਇਹ ਤਾਂ ਹੁਣ ਆਉਣ ਵਾਲੀ ਗੱਲ ਹੋਏਗੀ, ਦੇਖਣ ਵਾਲੀ ਗੱਲ ਹੋਏਗੀ। ਸੋ ਅਣਖੀ ਸਾਹਿਬ, ਤੁਸੀਂ ਸਾਡੇ ਨਾਲ ਜੁੜੇ, ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕੀਤੀ, ਉਹਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਮਾਨ ਸਾਹਿਬ। ਸੋ ਇਹ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਜੀ, ਜਿਨ੍ਹਾਂ ਵੱਲੋਂ ਅੱਜ ਦੀਆਂ ਇਹਨਾਂ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕੀਤੀ ਗਈ ਹੈ। ਚਰਚਾ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਸਾਡੀ ਹੋਏਗੀ ਮੁਲਾਕਾਤ, ਉਦੋਂ ਤੱਕ ਦਿਓ ਇਜਾਜ਼ਤ, ਧੰਨਵਾਦ।